देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। किसान धरने की आड़ विच योगराज सिंह जिहड़े कि फिल्म अभिनेता ने उन्हां वल्लों हिंदू समाज ते और हिंदू जिहड़ियां इस्त्रियां ने उन्हां ते वड्डी टिप्पणी की गई है। उस दे संबंध विच इतराज़ जताने वास्ते कुछ समाज सेवी जथेबंदियां कमिश्नर पुलिस के दफ्तर पहुंची हुई ने और उन्हां वल्लों एक शिकायत भी दर्ज करवाई गई है। गलबात करांगे सुकरात कालरा साडे नाल मौजूद ने। कालरा जी की कहना चाहते हो जो तुसीं अज शिकायत की है की है कि शिकायत? देखो जी 3 दिसंबर नूं योगराज सिंह ने किसान जथेबंदियां दी मीटिंग दे विच उन्हां दे धरने दे विच एक रैली नूं संबोधन करदिआं ये गल कही सी कि हिंदू धर्म एक गद्दारां दी कौम है ते इन्हां दीआं जनानियां अबदाली दे टाइम ते जदों अबदाली चुक के लै जांदा सी ते टके टके विकदियां सी ते असीं लोकां ने पंजाबियां ने छुड़ाईआं सी। मैं योगराज नूं ये गल कहनी चाहवांगा भी इन्ने साल इन्ने ਫਿਲਮਾਂ ਦੇ ਵਿੱਚ ਕੰਮ ਕੀਤਾ ਮੈਨੂੰ ਲੱਗਦਾ ਇਹ ਅਸਲ ਜ਼ਿੰਦਗੀ ਨੂੰ ਵੀ ਫਿਲਮ ਹੀ ਬਣਾ ਬੈਠਾ ਵੀ ਜਿੱਥੇ ਜੋ ਬੋਲੇਗਾ ਲੋਕ ਸੁਣਨਗੇ ਅਤੇ ਤਾੜੀਆਂ ਮਾਰਨਗੇ ਪਰ ਥੋੜ੍ਹੀ ਜਿਹੀ ਸ਼ਰਮ ਆਉਣੀ ਚਾਹੀਦੀ ਸੀ। ਇਹ ਕਿਸਾਨ ਸੰਘਰਸ਼ ਆ, ਕਿਸਾਨ 70 ਦਿਨਾਂ ਤੋਂ ਆਪਦੀ ਲੜਾਈ ਲੜ ਰਹੇ ਨੇ, ਹਰ ਤਬਕਾ ਹਰ ਧਰਮ ਉਹਨਾਂ ਦੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਆ, ਉੱਥੇ ਤੂੰ ਇਹਨਾਂ ਦੇ ਪ੍ਰੋਟੈਸਟ ਦੀ ਗੱਲ ਕਰ, ਇਹ ਪ੍ਰੋਟੈਸਟ ਨੂੰ ਆਪਾਂ ਕਿੱਦਾਂ ਕਾਮਯਾਬ ਕਰ ਸਕਦੇ ਹਾਂ ਉਹ ਗੱਲ ਕਰ। ਹਰ ਇੱਕ ਧਰਮ ਦਾ ਬੰਦਾ ਕੋਈ ਕੰਬਲ ਵੰਡ ਰਿਹਾ, ਕੋਈ ਗੀਜ਼ਰ ਵੰਡ ਰਿਹਾ, ਕੋਈ ਲੰਗਰ ਦੇ ਰਿਹਾ, ਹਰ ਪਰ ਆਦਮੀ ਜਿੰਨੇ ਜੋਗਾ ਹੈਗਾ ਇਸ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਆ, ਪਰ ਇਸ ਦੌਰਾਨ ਤੂੰ ਇਸ ਸਮੇਂ ਦੇ ਵਿੱਚ ਤੂੰ ਇੱਕ ਧਰਮ ਦੀ ਗੱਲ ਕਰਕੇ ਇਹ ਸਾਡੇ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਪਾੜ ਪਾਉਣ ਦੀ ਗੱਲ ਕੀਤੀ ਆ। ਮੈਂ ਸਮਝਦਾ ਹਾਂ ਵੀ ਸ਼ਾਇਦ ਤੂੰ ਮੋਦੀ ਦਾ ਹੀ ਬੰਦਾ ਹੋਏਗਾ ਕਿ ਜਿੰਨੇ ਇਸ ਸੰਘਰਸ਼ ਨੂੰ ਵੱਖਰਾ ਕਰਨ ਦੇ ਲਈ ਇੱਕ ਨਵਾਂ ਰੂਪ ਦਿੱਤਾ ਕਿ ਹਿੰਦੂ ਸਿੱਖ ਦੀ ਭਾਈਚਾਰੇ ਨੂੰ ਗੱਦਾਰੀ। ਜੀ ਪੰਜਾਬ ਅੰਦਰ ਹਿੰਦੂ ਸਿੱਖ ਭਾਈਚਾਰਾ ਬੜਾ ਤਕੜਾ ਪਿਆਰ ਹੈ ਆਪਸ 'ਚ, ਕਿਆ ਕਿਤੇ ਨਾ ਕਿਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਵਾਸਤੇ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਕੋਈ ਫੋਕੀ ਸ਼ੁਰਤ ਹਾਸਲ ਕਰਨ ਵਾਸਤੇ? ਭਾਅ ਜੀ ਮੇਰੀ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸ਼ਾਇਦ 40-45 ਸਾਲ ਤੋਂ ਰਹਿਸ਼ ਆ ਅਤੇ ਮੇਰੇ ਖਿਆਲ ਨਾਲ ਮੇਰਾ ਹਿੰਦੂਆਂ ਦੇ ਨਾਲ ਜਰਾਨਾ ਜਿੰਨਾ ਹੈਗਾ ਉਹਦੇ ਨਾਲ ਡਬਲ ਸਿੱਖਾਂ ਦੇ ਨਾਲ ਜਰਾਨਾ, ਉਹ ਸਾਡੀ ਯਾਰੀ ਲੌਂਗ ਸਮੇਂ ਤੋਂ ਚੱਲ ਰਹੀ ਹੈ, ਨਿਭ ਰਹੀ ਹੈ, ਇਕੱਠੇ ਘਰਾਂ ਜਾਣ ਜਾਣੇ ਆ, ਬਹਿਣ ਉੱਠਣੇ ਆ। ਜਿੰਨਾ ਹੀ ਆਪਣੇ ਈਸਟ ਨੂੰ ਮੰਨਦੇ ਹਾਂ ਓਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਦਰ ਕਰਦੇ ਹਾਂ, ਉੱਥੇ ਜਾ ਕੇ ਸਿਰ ਝੁਕਾਉਂਦੇ ਹਾਂ। ਜਦੋਂ ਗੁਰੂਆਂ ਨੇ ਇਹ ਗੱਲ ਦਾ ਭੇਦਭਾਵ ਨਹੀਂ ਕੀਤਾ, ਇੱਕ ਮਹਾਰਾਜ ਨੇ ਸਾਈਂ ਮੀਆਂ ਮੀਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਦਰਬਾਰ ਸਾਹਿਬ ਦੀ ਨੀਂਹ ਪੱਥਰ ਰਖਾ ਲਿਆ ਅਤੇ ਹੋਰ ਇਸ ਤੋਂ ਵੱਡੀ ਕਿਹੜੀ ਤਾਕਤ ਰਹਿ ਗਈ? 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਬੰਦੇ ਦੀ, ਹਰ ਇੱਕ ਦੇਵ ਦੀ ਬਾਣੀ ਆ, 10 ਗੁਰੂਆਂ ਦੀ ਜੋਤ, ਹਰ ਇੱਕ ਦਾ ਨਿਚੋੜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਆ। ਜਦੋਂ ਉਹ ਨਹੀਂ ਇਸ ਚੀਜ਼ਾਂ ਨੂੰ ਡਿਨਾਏ ਕਰਦੇ, ਸਭ ਨੂੰ ਇੱਕ ਗਣਦੇ ਆ, ਇੱਕ ਜੋਤ ਗਿਣਦੇ ਆ, ਇਹ ਬੰਦੇ ਕੌਣ ਹੁੰਦੇ ਨੇ? ਇਹ ਬੰਦਿਆਂ ਦਾ ਮੁੱਖ ਕਾਰਨ ਹੀ ਇਹੋ ਆ ਵੀ ਸਾਡੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨਾ। ਅੱਜ ਅਸੀਂ ਨਾ ਵੀ ਚਾਹੁੰਦੇ ਹੋਏ ਉਹਦੇ ਲਫਜ਼ਾਂ ਨੂੰ ਸੋਚਾਂਗੇ ਕਿ ਅੱਛਾ ਹਿੰਦੂ ਗੱਦਾਰ ਸੀ, ਹਿੰਦੂਆਂ ਨਾਲ ਇੱਦਾਂ ਹੁੰਦਾ ਆ, ਉਹ ਕੁਦਰਤੀ ਗੱਲ ਆ, ਸਾਡੇ ਅੰਦਰ ਮਨਾਂ ਦੇ ਵਿੱਚ ਖਟਾਸ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਸੋ ਇਹਦੀ ਜਿਹੜੀ ਇਹਨੇ ਸਾਡੀਆਂ ਭਾਵਨਾਵਾਂ ਨੂੰ, ਸਾਡੇ ਭਾਈਚਾਰੇ ਨੂੰ, ਹਿੰਦੂ ਸਿੱਖ ਦੇ ਨੂੰ ਬਹੁਤ ਆਹਤ ਕੀਤਾ ਵਾ। ਅਸੀਂ ਚਾਹੁੰਦੇ ਹਾਂ ਵੀ ਇਹ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਬੇਸ਼ੱਕ ਲਿਖਤੀ ਰੂਪ 'ਚ ਸਾਨੂੰ ਮਾਫ਼ੀ ਵੀ ਆ ਜਾਏ ਤਾਂ ਕਿ ਪੂਰੇ ਪੰਜਾਬ ਨੂੰ, ਪੂਰੇ ਹਿੰਦੁਸਤਾਨ ਨੂੰ ਪਤਾ ਲੱਗੇ ਕਿ ਇਹਨੇ ਇਹ ਗਲਤੀ ਕੀਤੀ ਆ। ਪਰ ਇਹ ਸ਼ਖਸ ਨੇ ਇਹ ਗਲਤੀ ਇੱਕ ਵਾਰ ਨਹੀਂ 2 ਵਾਰ ਦੁਹਰਾਈ ਹੈ ਮੀਡੀਆ ਦੇ ਵਿੱਚ। ਗਲਤੀ ਕਰਕੇ ਮਾਫ਼ੀ ਮੰਗ ਲੈਣਾ ਕਿਆ ਸਮਝ ਜੋ ਸਹੀ ਹੈ? ਮਾਫ਼ੀ ਮੰਗ ਲੈਣਾ ਸਹੀ ਤਾਂ ਨਹੀਂ, ਪਰ ਇਸ ਸਮੇਂ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਸਾਨਾਂ ਦੇ ਨਾਲ ਮੋਢਾ ਲਾਉਣ ਦੀ। ਸਾਡੇ ਧਰਮ ਨੂੰ ਆਹਤ ਹੋਏ ਹਾਂ ਅਸੀਂ, ਇਹਦੇ 'ਚ ਕੋਈ ਦੋ ਰਾਏ ਨਹੀਂ, ਲੇਕਿਨ ਅਸੀਂ ਫਿਰ ਵੀ ਉਸ ਸੰਘਰਸ਼ ਦੇ ਉੱਪਰ ਆਪਣਾ ਸਭ ਕੁਝ ਨਿਸ਼ਾਵਰ ਵੀ ਕਰਨ ਨੂੰ ਤਿਆਰ ਹਾਂ। ਚਲੋ ਜੇ ਇਹ ਆਪਣੀ ਗਲਤੀ ਨੂੰ ਲਿਖਤੀ ਰੂਪ 'ਚ ਰਿਲਾਈਜ਼ ਕਰਦਾ, ਆਪਾਂ ਫਿਰ ਵੀ ਕਹਾਂਗੇ ਕੋਈ ਗੱਲ, ਮਾਫ਼ੀ ਨਹੀਂ ਮੰਗਦਾ ਤਾਂ ਅਗਲਾ ਸਟੈਪ ਕੀ ਹੋਏਗਾ? ਤੁਹਾਡੀ ਕੀ ਡਿਮਾਂਡ ਹੈ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਫਿਰ ਡਿਮਾਂਡ ਹੈ ਜੋ ਇਹ ਸਾਡੀਆਂ ਭਾਵਨਾਵਾਂ ਨੂੰ ਹਾਥ ਕੀਤਾ ਇਹਨੇ, ਜੋ ਇਹਦੇ ਪਰਚਾ ਦਰਜ ਕੀਤਾ ਜਾਵੇ, ਜੋ ਇਸ ਧਾਰਾ ਲੱਗਦੀ ਆ ਉਸ ਕੰਪਾਊਂਡ ਵੀ ਕਰ ਰਹੇ ਹੋ ਪ੍ਰਸ਼ਾਸਨ ਨੂੰ, ਕਿੰਨੇ ਦਿਨਾਂ ਦੇ ਅੰਦਰ ਕਾਰਵਾਈ ਜਿਹੜੀ ਤੁਸੀਂ ਡਿਮਾਂਡ ਕਰ ਰਹੇ ਹੋ? ਦੇਖੋ ਅੱਜ ਅਸੀਂ ਮੈਮੋਰੈਂਡਮ ਅੰਦਰ ਦੇ ਕੇ ਆਏ ਹਾਂ ਕਮਿਸ਼ਨਰ ਸਾਹਿਬ ਦੇ ਦਫ਼ਤਰ, ਹੁਣ ਉਹ ਦੇਖਣਗੇ ਕਿੰਨੇ ਦਿਨਾਂ ਦੇ ਵਿੱਚ ਇਹਨੂੰ ਇੰਪਲੀਮੈਂਟ ਹੁੰਦਾ। 2-4-5 ਦਿਨ ਦੇ ਵਿੱਚ ਅਸੀਂ ਦੁਬਾਰਾ ਇਹਨੂੰ ਫੋਲੋ ਅਪ ਕਰਾਂਗੇ, ਜੋ ਸਾਨੂੰ ਜਵਾਬ ਮਿਲਦਾ ਵੀ ਅਸੀਂ ਉਸ ਚੀਜ਼ ਨੂੰ ਉਸ। ਕੰਗਣਾ ਰਣੌਤ ਹੈ, ਉਹਨੇ ਵੀ ਕਾਫੀ ਟਿੱਪਣੀਆਂ ਕੀਤੀਆਂ ਸੀਗੀਆਂ ਮਹਿਲਾਵਾਂ ਦੇ ਬਾਰੇ, ਬਈ 100-100 ਰੁਪਏ ਵਿੱਚ ਮਹਿਲਾਵਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ, ਔਰ ਕਿਸਾਨਾਂ ਦੇ ਬਾਰੇ ਵੀ ਉਹਨਾਂ ਨੇ ਕਾਫੀ ਕੁਝ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਵੇਖੋ ਜੀ, ਜਦੋਂ ਕੰਗਣਾ ਰਣੌਤ ਦਾ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਮੁੰਬਈ 'ਚ ਘਰ ਤੋੜਿਆ ਸੀ, ਮੈਂ ਸਮਝਦਾ ਸੀ ਵੀ ਉਸ ਵਿਚਾਰੀ ਨਾਲ ਧੱਕਾ ਹੋਇਆ ਅਤੇ ਸ਼ੀ ਇਜ਼ ਅ ਬਰੇਵ ਗਰਲ, ਕਿ ਉਹਨੇ ਬਹੁਤ ਦਲੇਰੀ ਨਾਲ ਹਰ ਚੀਜ਼ ਦਾ ਸਾਹਮਣਾ ਕੀਤਾ, ਪਰ ਜਿਹੜੀ ਉਹਨੇ ਇਹ ਭੱਦਰ ਟਿੱਪਣੀ
प्रयोग की भाषा प्रयोग की कि 100-100 के जनानियां आउंदियां ये बहुत ही मंदभागी निंदनयोग आ चाहे वह किसी भी धर्म की आ असी ये नहीं कहते कि साडे धर्म का बंदा या हिंदू हो गए कोई जिहड़ी मर्जी गल कर जाएगा वह सही है तो सिखिज़म दे विच सानू कोई उंगल चुकेगा तो अभी वह गल वढ देंगे साडे लई जिहड़ा बंदा गलत आ वी आर सोशल एक्टिविस्ट असी इंसान पहलां वा धार्मिक बाद चां उहदे खिलाफ क्यों नहीं कंप्लेंट की गई ट्विटर के उपर जिहड़ा कि इस करके कंप्लेंट नहीं की गई क्योंकि उहदे विच किसी नूं डायरैक्ट किसी धर्म नूं टारगेट नहीं सी कीता गया सिर्फ उन्हें अपना एक कमेंट पास किया कि इहो जे इंसान या लोग 100-100 रुपए के धरने पर बहिंदे आ ये निंदनयोग आ उहदी बहुत ही ज़्यादा जिन्हों कहिंदे आ बुराई हो रही है और असी भी इस चीज़ की निखेधी करते हैं तो निंदा करते हैं उन्हें बहुत गलत किया सर तुसी की कहना चाहते हो कानून की कहता जो अज शिकायत दी गई है योगराज के खिलाफ जो फिल्म अभिनेता ने कानून की कहता उस कानून कहता जी इन्होंने जिहड़ियां धार्मिक भावनावां योगराज दी बयान दे नाल हिंदू समाज की धार्मिक भावनावां नूं ठेस पहुँची है बहुत और जिस करके इन्होंने कंप्लेंट दी है 295 का परचा दर्ज होना चाहिए जी ये मेरी प्रशासन पुलिस प्रशासन तो भी मेरी ये डिमांड है 295 का परचा जरूर होना चाहिए क्योंकि इस तरह के नाल इहोजे बयानां दे नाल पंजाब दे समाजिक ताने बाने जो प्रेम प्यार लोगों का सदियां तो बनया आ वह जिहड़ा वा ताना बाना खराब हुंदा जिस तरह इन्होंने हुण सुखराज जी ने गल की है बिल्कुल इन्हां वांगू होर बहुत सारे पंजाब के लोग ने जिन्हां दियां धार्मिक भावनावां अपनियां आहत हुई योगराज के इस बयान के नाल माफ़ी तुसीं गल जिहड़ी की है माफ़ीनामा एक अलग अलहदा चीज़ आ लेकिन जिहड़ा कसूर है वह जिहड़ा कीता उहदे खिलाफ़ मेरे ख्याल कानूनी कार्रवाई उहदे खिलाफ़ बनती जरूर होनी चाहिए है और साडी डिमांड भी यही है बिल्कुल जी जिहड़ियां समाजिक ताना बाना और जिहड़ा सद्भावना का माहौल है वह कितना कितने खराब हुंदा अजिहे बयानां तों इसलिए अजिहे बयानां तों गुरेज करना चाहिए जिहड़ा बयान फिल्म अभिनेता वालों दिता गया वा योगराज सिंह वालों दिता गया और उस बयान की जिथे निखेधी की जा रही है उस संबंध में हुण इत्थे कमिश्नर पुलिस दफ्तर में कुछ समाज सेविक पहुँचे ने शिकायत लैके पहुँचे ने और गल की जा रही भी लिखती माफ़ी जी मंगी जाए नहीं तो जो कानून जरा भी कानून के अनुसार जी कार्रवाई वो की जाए कैमरा परसन मुकेश बावना सिकंदर पसीचा दैनिक सवेरा टीवी अमृतसर All World Open Challenge 17-time Gold Medalist Mia Rafiq Mohammed Pandit Maulvi Begum Tantrik Inna Chora Thagga To Savdan Specialist Vashikaran Sitta Number Love Marriage Pati Patni Ch Anban Videsh Ch Pakka Hona Karobar Da Na Chalana Sirf 31 Ghantiyan Vich Samadhan Free Mia Rafiq Mohammed Mobile 84374 94647 84374 94648